ਪਟਿਆਲਾ ਦੇ ਰਾਜਪੁਰਾ ਰੋਡ ਤੇ ਇੱਕ ਫਨ ਮੇਲੇ ਦਾ ਆਯੋਜਨ ਕੀਤਾ ਗਿਆ ਤੇ ਉਸ ਦੇ ਵਿੱਚ ਝੂਲੇ ਚੋਂ ਡਿੱਗਣ ਦੇ ਨਾਲ ਦੋ ਮਹਿਲਾਵਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੈਂ ਇਸ ਵੇਲੇ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ, ਤੁਹਾਨੂੰ ਉਸ ਝੂਲੇ ਬਾਰੇ ਦਿਖਾ ਦਈਏ ਕਿ ਇਹ ਜਿਹੜਾ ਇੱਕ ਤਰ੍ਹਾਂ ਦਾ ਸਵਿੰਗ ਹੈ ਝੂਲਾ, ਉਹਦੇ ਵਿੱਚੋਂ ਹੀ ਦੋ ਮਹਿਲਾਵਾਂ ਡਿੱਗੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਰੀੜ੍ਹ ਦੀ ਹੱਡੀ ਦੀ ਵਿੱਚ ਫ੍ਰੈਕਚਰ ਦੀ ਗੱਲ ਸਾਹਮਣੇ ਆ ਰਹੀ ਹੈ। ਤੁਸੀਂ ਦੇਖੋ ਕਿ ਇਹ ਪੂਰਾ ਜਿਹੜਾ ਝੂਲਾ ਹੈ ਉਹਦੇ ਵਿੱਚੋਂ ਉਹ ਜਿਹੜੀਆਂ ਦੋ ਮਹਿਲਾਵਾਂ ਨੇ ਉਹ ਡਿੱਗੀਆਂ ਨੇ। ਦੂਜੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਦੋਂ ਚੱਲਦਾ ਤਾਂ ਇਹ ਜਾਣਕਾਰੀ ਮਿਲੀ ਕਿ 7-8 ਫੁੱਟ ਦੀ ਉਚਾਈ 'ਤੇ ਜਾਂਦਾ, ਪਰ ਇਹਨੂੰ ਕਿਸੇ ਨੂੰ ਸੁਰੱਖਿਆ ਦੇ ਪੱਖੋਂ ਇੱਥੇ ਨਾ ਕੋਈ ਬੈਲਟ ਹੈ ਅਤੇ ਨਾ ਹੀ ਅੱਗੇ ਕੋਈ ਬੈਰੀਕੇਡ ਟਾਈਪ ਕੋਈ ਲੋਹੇ ਦਾ ਇਸ ਤਰ੍ਹਾਂ ਦਾ ਜਗਾੜ ਹੈ ਕਿ ਬੰਦਾ ਵਿੱਚੋਂ ਡਿੱਗਣ ਤੋਂ ਬਚ ਸਕੇ। ਦੂਜੇ ਪਾਸੇ ਤੁਹਾਨੂੰ ਇੱਕ ਹੋਰ ਗੱਲ ਦਿਖਾ ਦਿੰਦੇ ਹਾਂ ਕਿ ਇਹ ਜਿਹੜਾ ਝੂਲਾ ਹੈਗਾ ਉਹਦੇ ਨਾਲ ਹੀ ਇਸ ਨੂੰ ਚਲਾਉਣ ਦੇ ਲਈ ਇੱਥੇ ਮੋਟਰ ਦਾ ਪ੍ਰਬੰਧ ਕੀਤਾ ਗਿਆ, ਯਾਨੀ ਕਿ ਤੁਸੀਂ ਦੇਖੋ ਕਿ ਪੂਰਾ ਜਿਹੜਾ ਸਿਸਟਮ ਹੈ ਜਿਹੜਾ ਇਸ ਨੂੰ ਕਰੰਟ ਦਿੰਦਾ ਉਹਨੂੰ ਇਸੇ ਤਰ੍ਹਾਂ ਹੀ ਖੁੱਲ੍ਹਾ ਛੱਡ ਦਿੱਤਾ ਗਿਆ। ਨੀਚੇ ਤਾਰਾਂ ਨੇ, ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਮਾੜੀ ਦੁਰਘਟਨਾ ਉਹ ਵੀ ਇੱਥੇ ਵਾਪਰ ਸਕਦੀ ਸੀ ਅਤੇ ਉਹ ਵਾਪਰ ਗਈ। ਦੂਜੇ ਪਾਸੇ ਤੁਹਾਨੂੰ ਹਾਲਾਤ ਦਿਖਾ ਦਈਏ ਕਿ ਇਹ ਪੂਰਾ ਜਿਵੇਂ ਹੀ ਮੀਡੀਆ ਨੂੰ ਇੱਥੇ ਪਤਾ ਲੱਗਦਾ ਕਿ ਘਟਨਾ ਹੋ ਚੁੱਕੀ ਹੈ, ਸਾਰੇ ਜਿੰਨੇ ਇਹ ਝੂਲੇ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ, ਲਾਈਟਾਂ ਬੰਦ ਕਰਕੇ। ਮੌਕੇ ਤੋਂ ਜਿਹੜੇ ਆਯੋਜਕ ਸੀ ਉਹ ਨਜ਼ਰ ਨਹੀਂ ਆਉਂਦੇ, ਪਰ ਖੁਦ ਮੌਕੇ 'ਤੇ ਸ਼ਿਵਰਾਜ ਸਿੰਘ ਢਿੱਲੋਂ ਨੇ ਜਿਹੜੇ ਇੰਸਪੈਕਟਰ ਇਸ ਥਾਣਾ ਖੇਤਰ ਦੇ ਉਹ ਨਾਲ ਦੀ ਨਾਲ ਪਹੁੰਚ ਜਾਂਦੇ ਨੇ। ਢਿੱਲੋਂ ਸਾਹਿਬ ਨਾਲ ਗੱਲ ਕਰ ਲੈਂਦੇ। ਢਿੱਲੋਂ ਸਾਹਿਬ, ਕੀ ਜਾਣਕਾਰੀ ਸਾਹਮਣੇ ਆਈ? ਇਹਦੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੋਈ ਝੂਲੇ ਤੋਂ ਦੋ ਲੇਡੀਜ਼ ਦੇ, ਮੈਨੂੰ ਇਹ ਗੱਲ ਨਹੀਂ ਕਲੀਅਰ ਹੈਗੀ, ਹਾਂ ਝੂਲੇ 'ਤੇ ਦੋ ਲੇਡੀਜ਼ ਦੇ ਸੱਟਾਂ ਵੱਜੀਆਂ ਨੇ, ਯਾਨੀ ਕਿ ਤੁਸੀਂ ਤਾਂ ਅਜੇ ਪਹੁੰਚੇ ਹੀ ਹੋ? ਹਾਂਜੀ ਹਾਂ ਜੀ। ਅਤੇ ਸਰ, ਕੋਈ ਜਿਹੜੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬੁਲਾਇਆ ਜਾ ਰਿਹਾ, ਕੁਛ ਹੋਇਆ ਸੰਪਰਕ ਕਿਸੇ ਨਾਲ? ਉਹਨਾਂ ਸਾਰੇ ਚੀਜ਼ਾਂ ਨੂੰ ਆਪਾਂ ਵੈਰੀਫਾਈ ਕਰਕੇ ਹਰ ਚੀਜ਼ ਨੂੰ ਆਪਾਂ ਇਹਨੂੰ ਸਾਰੇ ਪਾਸਿਓਂ ਕਵਰ, ਸਾਰੇ ਪਾਸਿਓਂ ਕਵਰ ਅਪ ਕਰਕੇ ਅਤੇ ਇਹਨੂੰ ਕਰਾਂਗੇ। ਬਿਲਕੁਲ ਸਰ, ਸ਼ਿਵਰਾਜ ਸਿੰਘ ਢਿੱਲੋਂ ਨੇ ਜਿਹੜੇ ਮੌਕੇ 'ਤੇ ਪਹੁੰਚੇ ਨੇ ਨਾਲ ਦੀ ਨਾਲ, ਉਹਨਾਂ ਨੇ ਦੱਸਿਆ ਕਿ ਅਸੀਂ ਜਾਂਚ ਕਰ ਰਹੇ ਹਾਂ। ਪਰ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਕਿ ਜਿਵੇਂ ਹੀ ਇਸ ਝੂਲੇ ਦੇ ਵਿੱਚੋਂ ਦੋ ਮਹਿਲਾਵਾਂ ਦੇ ਡਿੱਗਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਹੌਲੀ ਹੌਲੀ ਜਿਹੜਾ ਪੰਡਾਲ ਹੈ ਉਹ ਖਾਲੀ ਹੋ ਚੁੱਕਿਆ ਅਤੇ ਜਿਹੜੇ ਆਯੋਜਕ ਨੇ ਹਜੇ ਤੱਕ ਕਿਸੇ ਦਾ ਪਤਾ ਨਹੀਂ ਲੱਗ ਸਕਿਆ ਕਿ ਇੱਥੇ ਉਹ ਕਿੱਥੇ ਨੇ। ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਕਿ ਇਹ ਜਿਹੜੇ ਝੂਲੇ ਇੱਥੇ ਲਾਏ ਗਏ ਨੇ ਉਹਨਾਂ ਸਾਰਿਆਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਦਾ ਹੈ। ਸੋ ਦੋ ਜ਼ਖਮੀ ਮਹਿਲਾਵਾਂ ਦਾ ਇਲਾਜ ਇੱਕ ਨਿੱਜੀ ਹੌਸਪੀਟਲ ਦੇ ਵਿੱਚ ਚੱਲ ਰਿਹਾ ਹੈ ਅਤੇ ਜਿਹੜੇ ਆਯੋਜਕ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਥੇ ਮੌਜੂਦ ਨਹੀਂ ਹੈਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਐਡੇ ਵੱਡੇ ਆਯੋਜਨ ਦੇ ਵਿੱਚ ਜਦੋਂ ਪਰਮਿਸ਼ਨ ਦਿੱਤੀ ਜਾਂਦੀ ਹੈ ਤਾਂ ਇਹ ਵੀ ਦੇਖਿਆ ਜਾਂਦਾ ਕਿ ਉੱਥੇ ਜਿਹੜੇ ਵੀ ਝੂਲੇ ਨੇ ਜਾਂ ਹੋਰ ਚੀਜ਼ਾਂ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਕਿਸ ਤਰ੍ਹਾਂ ਦੀ ਹੈ, ਕਿਉਂਕਿ ਪਹਿਲਾਂ ਅਸੀਂ ਦੇਖ ਚੁੱਕੇ ਕਿ ਪੰਜਾਬ ਦੇ ਵਿੱਚ ਐਸੇ ਮੇਲਿਆਂ ਦੇ ਵਿੱਚ ਝੂਲਿਆਂ ਤੋਂ ਡਿੱਗਣ ਨਾਲ ਲੋਕ ਜ਼ਖਮੀ ਵੀ ਹੋਏ ਨੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣ ਵੇਲੇ ਇਹਨਾਂ ਸ਼ਰਤਾਂ ਨੂੰ ਪੂਰਾ ਕੀਤਾ ਗਿਆ ਸੀ ਜਾਂ ਨਹੀਂ, ਅਤੇ ਇਸੇ ਕਰਕੇ ਅੱਜ ਦੀ ਜਿਹੜੀ ਘਟਨਾ ਵਾਪਰੀ ਹੈ ਉਸਨੇ ਇਸ ਪੂਰੇ ਘਟਨਾਕ੍ਰਮ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਲਿਆ ਦਿੱਤਾ ਹੈ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।